ਕਿ ਉਹ ਸਿੱਖ ਦੀ ਸੇਵਾ ਕਰਨੀ ਕਿਉਂਕਿ ਸਭ ਕੁਛ ਸੇਵਾ ਵਿੱਚੋਂ ਨਿਕਲਿਆ ਦੂਜੀ ਗੱਲ ਇਹ ਹੈ ਕਿ ਜੀਵ ਨੂੰ ਇਸ ਸੰਸਾਰ ਵਿੱਚ ਰਹਿੰਦੇ ਆ ਪ੍ਰਭੂ ਦੇ ਦਰ ਉੱਤੇ ਇਹ ਅਰਦਾਸ ਕਰਨੀ ਚਾਹੀਦੀ ਹੈ ਬੇਨਤੀ ਕਰਨੀ ਚਾਹੀਦੀ ਹੈ ਕਿ ਮੈਨੂੰ ਸੱਚੇ ਗੁਰੂ ਨੇ ਲੜ ਲਓ ਮੈਨੂੰ ਜੀਵਨ ਦੇ ਲਈ ਸੱਚਾ ਗੁਰੂ ਮਿਲ ਜਾਵੇ ਤਾਂ ਕਿ ਉਹ ਜੀਵਨ ਦੇ ਸੱਚ ਨੂੰ ਸਮਝਾ ਦੇਵੇ ਅਤੇ ਮੈਂ ਪ੍ਰਭੂ ਦੇ ਚਰਨਾਂ ਨਾਲ ਨਾਮ ਸਿਮਰਨ ਦੇ ਨਾਲ ਜੁੜ ਜਾਵਾਂ ਇਸ ਫਿਕਰ ਮਹਾਰਾਜ ਜੀ ਦੇ ਵਿੱਚ ਇਹ ਗਈ ਹੈ ਕਿ ਮਨੁੱਖ ਨੇ ਡਾਵਾਡੋਲ ਸਥਿਤੀ ਵਿੱਚੋਂ ਨਿਕਲਣਾ ਹੈ ਕਿ ਨਸੀਬ ਵਿੱਚੋਂ ਨਿਕਲਣਾ ਹੈ ਅਤੇ ਪੂਰੇ ਨਿਸ਼ਚੇ ਨਾਲ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਹੈ ਤਾਂ ਹੀ ਉਸਨੂੰ ਸਭ ਦਾ ਫਲ ਪ੍ਰਾਪਤ ਰਹਾਓ ਦੀ ਪੰਕਤੀ ਵਿੱਚ ਮਹਾਰਾਜ ਜੀ ਫੁਰਮਾ ਰਹੇ ਨੇ ਸ਼ਬਦ ਕੇ ਵੀ ਭਾਵ ਦੱਸ ਰਹੇ ਹਨ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਹੇ ਵਾਹਿਗੁਰੂ ਹੇ ਪ੍ਰਭੂ ਹੇ ਹਰੀ ਅਕਾਲ ਪੁਰਖ ਮੇਰੇ ਤੇ ਦਇਆ ਕਰੋ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰੋ ਕੀ ਬਖਸ਼ਿਸ਼ ਕਰੋ ਸਤਿਗੁਰ ਦਾਤਾ ਮੇਲ ਮਿਲਾਓ ਮੈਨੂੰ ਸਤਿਗੁਰੂ ਮਿਲਾ ਦਿਓ ਸੱਚਾ ਗੁਰੂ ਮੈਨੂੰ ਮਿਲਾ ਦਿਓ ਜੋ ਕਿ ਮੈਨੂੰ ਦਾਤ ਦੇ ਸਕੇ ਦਾਤ ਕਿਹੜੀ ਦੇ ਸਕੇ ਹਰੀ ਦੇ ਨਾਮ ਦੀ ਦਾਤ ਦੇ ਸਕੇ ਜਿਹੜਾ ਕਿ ਮੇਰਾ ਜੀਵਨ ਦਾ ਆਧਾਰ ਬਣ ਜਾਏ ਜਿਹਦੇ ਆਸਰੇ ਮੈਂ ਆਪਣੇ ਜੀਵਨ ਨੂੰ ਸਤਿਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਵੋ ਆਧਾਰੇ ਸ਼ਬ ਪਰਮ ਕਰਦੇ ਮਹਾਰਾਜ ਜੀ ਕਹਿ ਰਹੇ ਨੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜਿਹੜੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ ਜਿਹਨਾਂ ਨੂੰ ਸੇਵਾ ਪ੍ਰਾਪਤ ਨਹੀਂ ਹੋਈ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਦੁੱਖਾਂ ਨੂੰ ਸਹਿੜ ਰਹੇ ਹਨ ਬਹੁਤੇ ਦੁੱਖ ਭੋਗ ਰਹੇ ਹਨ ਜੁਗ ਚਾਰੇ ਪਰਮਾਈ ਜਦੋਂ ਦਾ ਸੰਸਾਰ ਬਣਿਆ ਹੈ ਜੀਵਨ ਬਣਿਆ ਹੈ ਸਾਰੇ ਜੀਵਨ ਨੂੰ ਚਾਰ ਯੁਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਹਰ ਯੁਗ ਦੇ ਵਿੱਚ ਹੀ ਜੀਵ ਜਿਹੜਾ ਹੈ ਇਹ ਭਰਦਾ ਫਿਰਦਾ ਹੈ ਕੱਟਦਾ ਫਿਰਦਾ ਹੈ ਕਿਉਂਕਿ ਇਹਨੂੰ ਸੇਵਾ ਨਾਲ ਜੁੜਨ ਦਾ ਸਪਾਤ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਭਟਕਦਾ ਰਿਹਾ ਹਮ ਦੀਨ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ ਅਸੀਂ ਗਰੀਬ ਹਾਂ ਦੀਨ ਹਾਂ ਤੇਰੀ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹਾਂ ਤੁਸੀਂ ਦਾਤੇ ਹੋ ਹਰ ਯੁੱਗ ਦੇ ਵਿੱਚ ਹਰ ਸਮੇਂ ਦੇ ਵਿੱਚ ਦਾਤਾਂ ਬਖਸ਼ਦੇ ਰਹਿੰਦੇ ਹੋ ਹਮ ਦੀਨ ਤੁਮ ਯੁਗ ਯੁਗ ਦਾਤੇ ਜੋ ਕਿ ਕੋਈ ਤੁਸੀਂ ਦਾਤਾਂ ਬਖਸ਼ਦੇ ਰਹੋ ਦੇਵਾਂ ਨੂੰ ਸਭ ਦੇ ਪੁਜਾਰੀ ਮੈਨੂੰ ਸ਼ਬਦ ਨਾਲ ਜੋੜ ਦਿਓ ਸ਼ਬਦ ਦੁਆਰਾ ਮੈਂ ਤੁਹਾਡੇ ਨਾਲ ਜੁੜਦਾ ਹਾਂ ਬਾਣੀ ਦੁਆਰਾ ਮੈਂ ਤੁਹਾਡੇ ਨਾਲ ਜੁੜਦਾ ਹਾਂ ਇਹ ਬਖਸ਼ਿਸ਼ ਮੈਨੂੰ ਕਰ ਦਿਓ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਵੋ ਆਧਾਰੇ ਰਹਾਓ ਮਨਸਾ ਮਾਰ ਮਨਸਾ ਕ੍ਰਿਸ਼ਨਾ ਖਾਸ਼ਾਂ ਮੇਰੀਆਂ ਖਾਸ਼ਾਂ ਮੁਕੀਆਂ ਗੁਰਦਾਸ ਸਹਿਜ ਸਮਾਣੀ ਮੇਰੀ ਗੁਰਦਾ ਖਤਮ ਹੋ ਜਾਵੇ ਇਹ ਡਿਸੀਜਨ ਦਾਵਾਂ ਡੋਰ ਸਥਿਤੀ ਜਿਹੜੀ ਹੈ ਮਨ ਦੀ ਉਹ ਖਤਮ ਹੋ ਜਾਵੇ ਤੇ ਮੈਂ ਸਹਿਜ ਵਿੱਚ ਆ ਜਾਵਾਂ ਤੁਹਾਡੇ ਨਾਲ ਜੁੜ ਕੇ ਮੈਂ ਸਹਿਜ ਅਵਸਥਾ ਪ੍ਰਾਪਤ ਕਰ ਲਵਾਂ ਤੇ ਮੈਨੂੰ ਕੀ ਮਿਲੇ ਪਾਇਆ ਨਾਮ ਅਪਾਰਾ ਤੁਹਾਡੇ ਚਰਨਾਂ ਨਾਲ ਜੁੜ ਕੇ
ਮੈਨੂੰ ਨਾਮ ਦੀ ਪ੍ਰਾਪਤੀ ਹੋ ਗਈ। ਉਹ ਨਾਮ ਜਿਹੜਾ ਅਪਾਰ ਹੈ, ਜਿਹਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਵੱਡੀ ਵਸਤੂ ਹੈ, ਉਹ ਮੈਨੂੰ ਤੁਹਾਡੇ ਚਰਨਾਂ ਦੇ ਉੱਤੇ ਪ੍ਰਾਪਤ ਹੋ। ਹਰ ਰਸ ਚਾਖ ਮਨ ਨਿਰਮਲ ਹੋਆ। ਮਹਾਰਾਜ ਕਹਿੰਦੇ ਨੇ ਕਿ ਜਿਸ ਵੇਲੇ ਮੈਂ ਹਰੀ ਦੇ ਪ੍ਰੇਮ ਦਾ ਰਸ ਸਵਾਦ ਵੇਖ ਲਿਆ, ਜਦੋਂ ਮੈਂ ਦੁਨੀਆਂ ਦੀਆਂ ਚੀਜ਼ਾਂ ਛੱਡ ਕੇ ਨਾਮ ਤੇ ਸਿਮਰਨ ਨਾਲ ਜੁੜ ਗਿਆ, ਮੇਰਾ ਮਨ ਜਿਹੜਾ ਉਹ ਨਿਰਮਲ ਹੋ ਗਿਆ, ਸਾਫ ਹੋ ਗਿਆ। ਕਿਲ ਪਿਖ ਕਾਟਨ ਹਾਰਾ। ਉਹ ਨਾਮ ਉਹ ਹਰੂ ਦੇ ਸਿਮਰਨ ਦਾ ਸਵਾਦ ਜਿਹੜਾ ਕਿ ਕਿਲ ਪਿਖ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ, ਪਾਪਾਂ ਨੂੰ ਛੱਡਣ ਵਾਲਾ। ਸ਼ਬਦ ਮਰੋ ਫਿਰ ਜੀਵੋ ਸਰਦ ਹੀ। ਮਹਾਰਾਜ ਕਹਿੰਦੇ ਕਿ ਸ਼ਬਦ ਦੇ ਨਾਲ ਇਸ ਤਰ੍ਹਾਂ ਜੁੜ ਜਾਓ ਕਿ ਜਿਵੇਂ ਮ੍ਰਿਤਕ ਵਿਅਕਤੀ ਜਿਹੜਾ ਹੈ ਉਹ ਸਭ ਕੁਝ ਤਿਆਗ ਦਿੰਦਾ ਹੈ, ਤੁਸੀਂ ਆਪਣਾ ਸ਼ਬਦ ਦੇ ਹਵਾਲੇ ਕਰ ਦਿਓ ਆਪਣੇ ਆਪ ਨੂੰ, ਮਨ ਨੂੰ ਪੂਰੀ ਤਰ੍ਹਾਂ ਸ਼ਬਦ ਨੂੰ ਸਮਰਪਿਤ ਕਰ ਦਿਓ। ਅਤੇ ਜੇ ਸ਼ਬਦ ਦੇ ਪ੍ਰਤੀ ਆਪ ਸਮਰਪਿਤ ਹੋ ਜਾਓਗੇ ਫਿਰ ਜੀਵੋ ਸਦ ਹੀ, ਫਿਰ ਤੁਸੀਂ ਹਮੇਸ਼ਾ ਲਈ ਜਿਉਂਦੇ ਰਹਿੰਦੇ ਹੋ, ਮੁੜ ਕੇ ਤੁਹਾਨੂੰ ਮੌਤ ਦਾ ਕੋਈ ਡਰ ਨਹੀਂ ਰਹਿੰਦਾ, ਤੁਹਾਨੂੰ ਮੌਤ ਦਾ ਕੋਈ ਭਾਵ ਨਹੀਂ ਰਹਿੰਦਾ। ਮੌਤ ਹੁੰਦੀ ਹੀ ਨਹੀਂ, ਜਿਹੜਾ ਸ਼ਬਦ ਨਾਲ ਜੁੜ ਗਿਆ ਉਹਦੀ ਮਿਤੂ ਨਹੀਂ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸੋ ਮਹਾਰਾਜ ਕਹਿੰਦੇ ਕਿ ਸ਼ਬਦ ਸਾਡੀ ਜ਼ਿੰਦਗੀ ਹੈ, ਨਾਮ ਤੇ ਸਿਮਰਨ ਸਾਡੀ ਜ਼ਿੰਦਗੀ ਹੈ, ਉਹਦੇ ਨਾਲ ਜੁੜੋ, ਹਮੇਸ਼ਾ ਲਈ ਜ਼ਿੰਦਾ ਹੋ ਜਾਓ, ਮੌਤ ਦਾ ਬਹੁਤ ਵੱਡਾ ਖਤਮ ਹੋ ਗਿਆ। ਅੰਮ੍ਰਿਤ ਨਾਮ ਸਦਾ ਮਨ ਮਿੱਠਾ। ਅੰਮ੍ਰਿਤ ਉਹ ਵਸਤੂ ਜਿਹੜੀ ਸਾਨੂੰ ਮੌਤ ਤੋਂ ਬਚਾਉਂਦੀ ਹੈ, ਜੀਵਨ ਬਖਸ਼ਦੀ ਹੈ। ਮਹਾਰਾਜ ਕਹਿੰਦੇ ਕਿ ਨਾਮ ਜਿਹੜਾ ਹੈ ਉਹ ਅੰਮ੍ਰਿਤ ਹੈ, ਸਦਾ ਮਨ ਮਿੱਠਾ, ਮਨ ਨੂੰ ਮਿੱਠਾ ਲੱਗਣ ਵਾਲਾ ਹੈ, ਹਮੇਸ਼ਾ ਹੀ ਮਨ ਨੂੰ ਮਿੱਠਾ ਲੱਗਣ ਵਾਲਾ ਹੈ। ਨਾਮ ਤੋਂ ਉੱਪਰ ਹੋ ਕੋਈ ਵਸਤੂ ਨਹੀਂ, ਪਰ ਉਹ ਨਾਮ ਮਿਲਦਾ ਕਿੱਥੋਂ ਹੈ? ਮਹਾਰਾਜ ਕਹਿੰਦੇ ਨੇ ਸਭ ਦੇ ਪਾਵੇ ਕੋਈ, ਉਹ ਸ਼ਬਦ ਤੋਂ ਮਿਲਦਾ ਹੈ, ਉਹ ਵਾਹਿਗੁਰੂ ਦੇ ਸਿਮਰਨ ਤੋਂ ਮਿਲਦਾ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਕੇ ਮਿਲਦਾ ਹੈ, ਉਹ ਸਤਿਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਮਿਲਦਾ ਹੈ। ਸੋ ਗੁਰਸਿੱਖ ਨੇ, ਸੰਸਾਰਿਕ ਜੀਵ ਨੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਦੇ ਲਈ ਯਤਨ ਕਰਨਾ ਹੈ, ਤਾਂ ਕਿ ਉਹ ਹਮੇਸ਼ਾ ਵਾਸਤੇ ਸੱਚਾ ਤੇ ਸੁੱਚਾ ਜੀਵਨ ਪ੍ਰਾਪਤ ਹੋ। ਸ਼ਬਦ ਦੀ ਆਖਰੀ ਪੰਕਤੀਆਂ ਵਿੱਚ ਮਹਾਰਾਜ ਕਹਿ ਰਹੇ ਨੇ ਕਿ ਨਾਮ ਤੇ ਸਿਮਰਨ ਦੀ ਦਾਤ ਸਾਨੂੰ ਵਾਹਿਗੁਰੂ ਤੋਂ ਮਿਲਣੀ ਹੈ, ਅਕਾਲ ਤਖ਼ਤ ਕੋਲੋਂ ਮਿਲਣੀ ਹੈ, ਅਤੇ ਸਾਰੀਆਂ ਦਾਤਾਂ ਦਾ ਮਾਲਕ ਉਹ ਆਪ ਹੈ, ਉਹ ਹੀ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਨਾਮ ਰੂਪੀ ਦਾਤ ਪ੍ਰਭੂ ਦੇ ਕੋਲ ਹੈ, ਉਹਨੇ ਆਪਣੇ ਹੱਥਾਂ ਵਿੱਚ ਰੱਖੀ ਹੋਈ ਹੈ, ਆਪਣੇ ਕੋਲ ਰੱਖੀ ਹੋਈ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹ ਵੰਡਦਾ ਹੈ, ਸਾਨੂੰ ਮਿਲਦੀ ਹੈ। ਦਾਤ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹਦੀ ਅਰਦਾਸ ਉਹਦੇ ਦਰਬਾਰ ਵਿੱਚ ਕਬੂਲ ਹੁੰਦੀ ਹੈ ਉਹਨੂੰ ਇਸ ਦਾਤ ਦੀ ਪ੍ਰਾਪਤੀ, ਉਹਨੂੰ ਇਹ ਦਾਤ ਮਿਲਣਾ ਚਾਹੀਦਾ। ਅਤੇ ਜਿਸ ਵੇਲੇ ਨਾਮ ਇਹ ਦਾਤ ਮਿਲ ਜਾਂਦੀ ਹੈ, ਮਹਾਰਾਜ ਆਖਰੀ ਪੰਕਤੀ ਵਿੱਚ ਕਹਿ ਰਹੇ ਨੇ, ਗੁਰੂ ਜੀ ਆਖਰੀ ਪੰਕਤੀ ਵਿੱਚ ਕਹਿ ਰਹੇ ਨੇ, ਨਾਨਕ ਨਾਮ ਰਤੇ ਸੁਖ ਪਾਇਆ। ਜਿਹਨਾਂ ਨੇ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗ ਲਿਆ ਹੈ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ, ਸੱਚੇ ਸੁੱਖ ਦੀ ਪ੍ਰਾਪਤੀ। ਗੜ ਗੜ ਜਪੈ ਸੇ, ਪ੍ਰਭੂ ਦੀ ਦਰਗਾਹ ਵਿੱਚ, ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਨੂੰ ਮਾਣ ਮਿਲੇਗਾ, ਉਹਨਾਂ ਦੀ ਵਡਿਆਈ ਹੋਏਗੀ, ਉਹ ਪ੍ਰਭੂ ਦੇ ਪਿਆਰ ਦੇ ਪਾਤਰ ਬਣਗੇ, ਜਿਹਨਾਂ ਨੂੰ ਨਾਮ ਦੀ ਪ੍ਰਾਪਤ ਹੋਵੇਗੀ। ਸਤਸੰਗਤ, ਅਸੀਂ ਸਾਰਿਆਂ ਨੇ ਸੰਸਾਰਿਕ ਜੀਵਨ ਦੇ ਹਰ ਵੇਲੇ ਅਰਦਾਸ ਕਰਨ ਲੱਗ ਪਏਗੇ ਅਤੇ ਸਾਨੂੰ ਨਾਮ ਦੀ ਪ੍ਰਾਪਤੀ ਹੋਵੇ, ਅਸੀਂ ਸਿਮਰਨ ਵਿੱਚ ਜੁੜੀਏ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਚੰਗਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Thank you.